ਕਹਿੰਦਾ ਜੀ ਫਿਰ ਡਰਾਈਵਰ ਕਹਿੰਦੇ ਬੱਸ ਦਾ ਸਮਾਨ ਨਾਲ ਹੀ ਲੈ ਕੇ ਆ ਗਿਆ, ਬੱਸ ਦਾ ਸਮਾਨ ਲੈ ਕੇ ਆ ਗਿਆ ਨਾਲ, ਬੱਸ ਦਾ ਸਮਾਨ ਨਾਲ ਟੰਗਿਆ ਤੇ। ਪਟਿਆਲਾ ਦੇ ਸਮਾਣਾ ਚੀਕਾ ਰੋਡ ਤੇ PRTC ਬੱਸ ਅਤੇ ਵੱਡੇ ਟਰਾਲੇ ਦੇ ਵਿੱਚ ਭਿਆਨਕ ਟੱਕਰ ਹੋਈ ਹੈ, ਜਿਸ ਦੇ ਵਿੱਚ ਡਰਾਈਵਰ ਦੀਆਂ ਦੋਨਾਂ ਲੱਤਾਂ ਜੋ ਟੁੱਟ ਗਈਆਂ ਅਤੇ ਕੰਡਕਟਰ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਹੈ। ਸੋ ਦੱਸ ਦਈਏ ਕਿ ਬੱਸ ਦੇ ਵਿੱਚ ਬੈਠੀਆਂ 13 ਸਵਾਰੀਆਂ ਵਿੱਚੋਂ 10 ਯਾਤਰੀ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਭਰਤੀ ਕਰਵਾਇਆ ਗਿਆ। ਪਟਿਆਲਾ ਵਿੱਚ ਵਾਪਰ ਇਸ ਹਾਦਸੇ ਦਾ ਕਾਰਨ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਕਿ ਗਲਤੀ ਕਿਸ ਦੀ ਹੈ, ਪਰ ਇਸ ਮੌਕੇ 'ਤੇ PRTC ਦੇ ਵੱਡੇ ਅਧਿਕਾਰੀ ਪਹੁੰਚੇ। ਉੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ PRTC ਦੇ ਡਰਾਈਵਰ ਨੇ ਕਿਹਾ ਕਿ ਸਾਡਾ ਡਰਾਈਵਰ ਅਤੇ ਕੰਡਕਟਰ ਜੋ ਕਿ ਗੰਭੀਰ ਰੂਪ ਨਾਲ ਜ਼ਖਮੀ ਨੇ, ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਭਰਤੀ ਕਰਵਾਇਆ ਗਿਆ, ਜਦਕਿ ਡਰਾਈਵਰ ਦੀ ਜੋ ਹਾਲਤ ਹੈ ਬੇਹੱਦ ਹੀ ਖਰਾਬ ਹੈ। ਸਿਟੀ ਹੋਮ ਨਿਊਜ਼ ਲਈ ਅਮਿਤ ਥਾਪਰ ਦੀ ਰਿਪੋਰਟ। ਇੱਥੇ ਲਿਜਾਣੀ ਸੀ ਇਹ ਬੱਸ, ਅਤੇ ਚੀਕੇ ਦੇ ਕੋਲ ਬਦਨਪੁਰ ਪਿੰਡ ਆਉਂਦਾ, ਉੱਥੇ ਇੱਕ ਮੋੜ ਆਉਂਦਾ, ਉਹ ਪਤਾ ਨਹੀਂ ਟਰਾਲੇ ਵਾਲੇ ਦੀ ਜਾਂ ਕੋਈ ਨਸ਼ਾ ਵਗੈਰਾ ਕੀਤਾ ਹੋਇਆ ਸੀ ਜਾਂ ਕੋਈ ਉਹਨੂੰ ਨੀਂਦ ਵਗੈਰਾ ਆ ਗਈ, ਅਤੇ ਇੱਕੋ ਦਮ ਉਹਨੇ ਮਤਲਬ ਬੱਸ ਦੇ ਵਿੱਚ ਸਾਹਮਣੋ ਸਾਹਮਣੇ ਟੱਕਰ ਕਰਕੇ ਸੀ ਬੱਸ ਦੀ। ਬੱਸ ਤਾਂ ਫਿਰ ਵੀ ਬਹੁਤ ਮਤਲਬ ਆਪਣੀ ਸਾਈਡ 'ਤੇ ਖੜ੍ਹੀ ਸੀਗੀ, ਜਾ ਰਹੀ ਸੀਗੀ, ਅਤੇ ਜਾਂਦੇ ਜਾਂਦੇ ਮਤਲਬ ਟਰਾਲੇ ਵਾਲੇ ਨੇ ਇੱਕੋ ਦਮ ਟੱਕਰ ਹੋਈ ਹੈ ਜੀ। ਤੁਸੀਂ ਮੌਕੇ 'ਤੇ ਸੀਗੇ? ਨਹੀਂ, ਮੈਂ ਮੌਕੇ 'ਤੇ ਨਹੀਂ ਸੀਗਾ, ਪਰ ਮੈਂ ਸਮਾਣੇ ਉੱਥੋਂ ਲੈ ਕੇ ਆਇਆ ਆਪਣੇ ਡਰਾਈਵਰ ਕੰਡਕਟਰ ਭਰਾ ਨੇ ਜੀ, ਮੈਂ ਵੀ ਮੁਲਾਜ਼ਮ ਹਾਂ PRTC ਦੇ ਵਿੱਚ। ਟੋਟਲ ਕਿੰਨੇ ਸਵਾਰੀਆਂ ਲੋਡ ਸੀ? ਟੋਟਲ ਉਸ ਟਾਈਮ ਤਾਂ ਉਹਦੇ ਵਿੱਚ ਤਕਰੀਬਨ 12 ਤੋਂ 13 ਸਵਾਰੀਆਂ ਸੀ। ਕਿੰਨੇ ਜ਼ਖਮੀ ਹੋਏ, ਫੱਟੜ ਕਿੰਨੇ ਹੋਏ? ਉਹਦੇ ਵਿੱਚ ਤਕਰੀਬਨ 7 ਤੋਂ 8 ਸਵਾਰੀਆਂ ਜ਼ਿਆਦਾ ਫੱਟੜ ਹੋਈਆਂ। ਕੋਈ ਜਾਨੀ ਮਾਲ ਨੁਕਸਾਨ? ਨਹੀਂ, ਜਾਨੀ ਮਾਲੀ ਕੋਈ ਨੁਕਸਾਨ ਕੋਈ ਨਹੀਂ ਹੈ। ਕੰਡਕਟਰ ਦੀ ਸਥਿਤੀ ਕਿੱਦਾਂ? ਡਰਾਈਵਰ ਕੰਡਕਟਰ ਦੀ ਡਰਾਈਵਰ ਦੀ ਬਹੁਤ ਜ਼ਿਆਦਾ ਮਤਲਬ ਸਥਿਤੀ ਗੰਭੀਰ ਹੈ ਜੀ, ਉਹਦੇ ਕਾਫੀ ਜ਼ਿਆਦਾ ਫ੍ਰੈਕਚਰ ਨੇ, ਅਤੇ ਕੰਡਕਟਰ ਦੇ ਵੀ ਸਿਰ 'ਚ ਸੱਟ ਲੱਗੀ ਆ, ਉਹ ਵੀ ਫ੍ਰੈਕਚਰ ਆ, ਬਾਕੀ ਟੈਸਟ ਵਗੈਰਾ ਹੋ ਰਹੇ ਨੇ ਟੈਸਟਾਂ ਦੇ ਵਿੱਚ ਜੋ ਵੀ ਆਉਂਦਾ। ਸਵਾਰੀਆਂ ਦੀ ਗੱਲ ਕਰੀਏ, ਸਵਾਰੀ ਟੋਟਲ ਸਵਾਰੀਆਂ ਵੀ ਇੰਜਰਡ ਆ ਇਹਦੇ ਵਿੱਚ? ਸਵਾਰੀਆਂ ਤਕਰੀਬਨ 7-8 ਸਵਾਰੀਆਂ ਹੈਗੀਆਂ ਨੇ ਜੀ। ਸਾਰੇ ਰਜਿੰਦਰਾ ਜੀ ਐਡਮਿਟ ਹੈ ਜੀ? ਨਹੀਂ, ਰਜਿੰਦਰਾ ਤਾਂ ਮਤਲਬ ਉੱਥੋਂ ਸਮਾਣੇ ਲੈ ਗਏ ਸੀਗੇ, ਅਤੇ ਅਸੀਂ ਇਹਨਾਂ ਨੂੰ ਡਰਾਈਵਰ ਕੰਡਕਟਰ ਨੂੰ ਉਰੇ ਲੈ ਕੇ ਆਏ ਹਾਂ ਆਪ, ਅਤੇ ਉਸ ਤੋਂ ਬਾਅਦ 'ਚ ਉਹਨਾਂ ਨੇ ਜੋ ਭੇਜਿਆ ਉੱਥੋਂ ਸਮਾਣੇ ਤੋਂ, ਉਹ ਕੁਛ ਕਹਿ ਨਹੀਂ ਸਕਦੇ, ਉਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈਗੀ ਉੱਥੇ ਹੈਗੀ। ਕੁਛ ਦਿਨ ਤੋਂ ਨਾ PRTC ਦੀ ਬੱਸਾਂ ਜਾਇਦਾ ਐਕਸੀਡੈਂਟ, ਕਾਰਨ ਕੀ ਮੰਨਦੇ ਹੋ? ਕੀ ਡਰਾਈਵਰਾਂ ਨੂੰ ਕੀ ਨੀਂਦ ਨਹੀਂ ਆਉਂਦੀ ਆ ਜਾਂ? ਨਹੀਂ ਨਹੀਂ, ਇਹਦੇ ਵਿੱਚ ਤਾਂ ਕੋਈ ਮਤਲਬ ਉਹ ਨਹੀਂ ਹੈਗਾ, ਕਿਉਂਕਿ ਸਵੇਰੇ ਤਕਰੀਬਨ 7 ਵਜੇ ਦਾ ਹਾਦਸਾ ਹੋਇਆ ਜੀ, ਇਹ ਕੋਈ ਨੀਂਦ ਵਾਲਾ ਤਾਂ ਕੋਈ ਇਹਦੇ ਵਿੱਚ, ਕਿਉਂਕਿ ਆਪਣੇ ਜਿਹੜਾ ਟਰਾਲੇ ਵਾਲਾ ਆ ਰਿਹਾ, ਉਹ ਟਰਾਲੇ ਵਾਲੇ ਨੇ ਗਲਤ ਸਾਈਡ ਤੋਂ ਲਿਆ ਕੇ ਗੱਡੀ ਮਾਰੀ ਆ ਇਹਦੇ ਵਿੱਚ। ਵਾਰੀ ਹਾਦਸਾ ਹੋਇਆ ਦੀ ਇਹਦੇ ਸਵਾਲ ਖੜੇ ਕੀਤੇ ਸੀ ਤੁਹਾਡੇ ਕੰਡਕਟਰ ਕਿ ਸਾਡੇ ਕੋਲੋਂ ਸਰਕਾਰਾਂ ਜ਼ਿਆਦਾ ਟਾਈਮ ਲੈਂਦੀਆਂ? ਉਹ ਤਾਂ ਚਲੋ ਇਹਨਾਂ ਨੇ, ਇਹਨਾਂ ਨੂੰ ਵੀ ਪਤਾ ਹੀ ਹੈ ਜੀ, ਮੈਨੇਜਮੈਂਟ ਦੇ ਅਧਿਕਾਰੀ ਨੇ ਜੋ ਸਾਡੇ ਜਾਂ ਸਰਕਾਰਾਂ ਨੇ ਸਾਨੂੰ 12-12, 13-13 ਘੰਟੇ ਸਾਡੇ ਤੋਂ ਮਤਲਬ ਡਿਊਟੀ ਕਰਾਈ ਜਾਂਦੀ ਆ, ਅਤੇ ਨਗੁਣੀਆਂ ਤਨਖਾਹਾਂ ਨੇ ਸਾਡੀਆਂ, ਮਤਲਬ ਅਸੀਂ ਮਹਿਕਮੇ ਦੇ ਵਿੱਚ ਕੱਚੇ ਹਾਂ, ਅਤੇ ਅਸੀਂ ਇਹ ਚਾਹੁੰਦੇ ਹਾਂ ਵੀ ਸਾਡੇ ਕੋਲ ਬੱਸਾਂ ਦੀ ਬਹੁਤ ਘਾਟ ਹੈਗੀ, ਅਸੀਂ ਬੱਸਾਂ ਦੀ ਵੀ ਮੰਗ ਕਰ ਰਹੇ ਹਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ, ਜੋ ਅਸੀਂ ਹੜਤਾਲਾਂ ਧਰਨੇ ਰੋਸ ਮੁਜ਼ਾਹਰੇ ਕਰਦੇ ਹਾਂ, ਉਹਦੇ ਵਿੱਚ ਅਸੀਂ ਆਮ ਪਬਲਿਕ ਦੀ ਸਹੂਲਤ ਨੂੰ ਮੁੱਖ ਦੇਖਦੇ ਹੋਏ, ਜਿਵੇਂ ਹੁਣ ਤੁਹਾਨੂੰ ਪਤਾ ਹੀ ਆ ਵੀ ਆਪਣੀਆਂ ਮਾਈਆਂ ਭੈਣਾਂ ਬੀਬੀਆਂ ਜੋ ਫਰੀ ਦਾ ਸਫ਼ਰ ਕਰ ਰਹੀਆਂ ਨੇ, ਉਹਦੇ ਵਿੱਚ ਜ਼ਿਆਦਾ ਕਰਕੇ ਵੀ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਬੱਸਾਂ ਦੇ ਵਿੱਚ, ਤਕਰੀਬਨ ਤੁਸੀਂ ਵੀ ਪ੍ਰੈਸ ਵਾਲੇ ਵੀਰ ਉਹ ਚੀਜ਼ਾਂ ਨੋਟ ਕਰਦੇ ਹੋਵੋਗੇ, ਅਤੇ ਕਿਤੇ ਨਾ ਕਿਤੇ ਮਤਲਬ ਇਹ ਚੀਜ਼ਾਂ ਜਦੋਂ ਇਹ ਜ਼ਿਆਦਾ ਹਾਦਸੇ ਦਾ ਕਾਰਨ ਬਣਦੀਆਂ ਨੇ। ਹਰਵਿੰਦਰ ਸਿੰਘ ਜੀ, ਕਿੱਥੇ ਦੇ ਰਹਿਣ ਵਾਲੇ ਹੋ ਜੀ? ਸਮਾਣੇ ਤੇ ਜੀ। ਇਹ ਜਿਹੜਾ ਹਾਦਸਾ ਹੋਇਆ ਇਹਦੇ ਤੁਹਾਡਾ ਵੀ ਕੋਈ? ਹਾਂਜੀ, ਮੇਰਾ ਭਤੀਜਾ ਜੀ, ਮੇਰੇ ਵੱਡੇ ਬ੍ਰਦਰ ਦਾ ਲੜਕਾ ਬੇਟਾ, ਉਹਦੀ ਬਾਂਹ ਫ੍ਰੈਕਚਰ ਆਈ ਹੈ ਅਤੇ ਸਿਰ 'ਤੇ ਅਤੇ ਗੋਡੇ 'ਤੇ ਸੱਟਾਂ ਆਈਆਂ ਨੇ ਬਹੁਤ ਜ਼ਿਆਦਾ। ਕੁਝ ਕਾਰਨ ਪਤਾ ਲੱਗਿਆ ਬੱਸ ਦਾ ਹਾਦਸਾ ਕਿੱਦਾਂ ਹੋਇਆ? ਹਾਦਸਾ ਜੀ ਉਹ ਟਰਾਲੇ ਵਾਲੇ ਦੀ ਗਲਤੀ ਜ਼ਿਆਦਾ ਸਭ ਤੋਂ ਵੱਡੀ, ਉਹ ਗਲਤ ਸਾਈਡ 'ਤੇ ਆ ਗਿਆ ਟਰਾਲੇ ਵਾਲਾ, ਅਤੇ ਆ ਕੇ ਬੱਸ ਆਪਣੀ ਸਾਈਡ 'ਤੇ ਸੀ ਬਿਲਕੁਲ। ਤੁਹਾਡਾ ਜਿਹੜਾ ਮੈਂਬਰ ਸੀ ਕਿੱਥੋਂ ਦੀ ਚੜਿਆ ਸੀ ਅਤੇ ਕਿੱਥੇ ਜਾਣਾ ਸੀ? ਸਮਾਣੇ ਤੋਂ ਉਹਨੇ ਜਾਣਾ ਸੀ ਸੀਵਨ, ਉਹ ਸਰਕਾਰੀ ਨੌਕਰੀ ਜੀ ਮਾਸਟਰ ਲੱਗਿਆ ਹੋਇਆ,
ਟੀਚਰ, ਸਕੂਲ ਟੀਚਰ ਹੈ। ਹੁਣ ਕੰਡੀਸ਼ਨ ਕਿੱਦਾਂ ਉਹਨਾਂ ਦਾ ਡਾਕਟਰਾਂ ਨਾਲ? ਇੱਕ ਬਾਂਹ ਫ੍ਰੈਕਚਰ ਆਈ ਹੈ ਜੀ, ਅਤੇ ਬਾਕੀ ਸਿਰ 'ਚ ਵੀ ਸੱਟਾਂ ਨੇ ਅਤੇ ਗੋਡੇ ਦੀ ਵੀ ਸੱਟ ਹੈ। ਕੀ ਕਹਿਣਾ ਚਾਹੁੰਦਾ, ਹੁਣ ਹਾਦਸੇ ਜ਼ਿਆਦਾ ਵੱਧ ਰਹੇ ਆ, ਲੇਕਿਨ ਪੰਜਾਬ ਸਰਕਾਰ ਵੱਲੋਂ ਵੀ ਟੈਕਸ ਫੋਰਸ ਵੀ ਸੜਕ ਸੁਰੱਖਿਆ ਵੀ ਲੈ ਰਹੇ, ਲੇਕਿਨ ਲਗਾਮ ਵੀ ਪੈ ਰਹੀ ਹੈ, ਕੀ? ਨਹੀਂ ਜੀ, ਬੱਸ ਵਾਲੇ ਦਾ ਕਸੂਰ ਹੀ ਨਹੀਂ ਇਹਦੇ 'ਚ ਹੈਗਾ ਕੋਈ ਵੀ, ਠੀਕ ਹੈ ਨਾ ਜੀ। ਇਹ ਤਾਂ ਟਰਾਲੇ ਵਾਲੇ ਨੇ ਇੱਕਦਮ ਗਲਤ ਸਾਈਡ 'ਤੇ ਆ ਕੇ ਵਿੱਚ ਟਰਾਲੇ ਵਾਲੇ ਨੇ ਮਾਰੀ ਆ, ਮਤਲਬ ਬੱਸ ਵਾਲੇ ਦਾ ਕਸੂਰ ਨਹੀਂ। ਬੱਸ ਇੱਕ ਸਾਈਡ ਸੀ ਆਪਣੀ, ਬਿਲਕੁਲ ਸਾਡੀ ਸਵਾਰੀ ਜਿਹੜੀ ਉਹ ਬਿਲਕੁਲ ਡਰਾਈਵਰ ਦੇ ਬੈਕ ਸਾਈਡ ਬੈਠੀ ਹੋਈ ਸੀ, ਉੱਥੇ ਤੱਕ ਵੇਖ ਲਓ ਗੱਡੀ ਫ੍ਰੈਕਚਰ ਹੋ ਗਈ। ਬੱਸਾਂ ਵਾਲੇ ਨਾਲ ਗੱਲ ਕੀਤੀ ਹੈ, ਬੱਸ ਕਿੱਥੋਂ ਦੀ ਕਿੱਥੇ ਜਾ ਰਹੀ ਸੀ? ਹਾਂਜੀ ਹਾਂਜੀ ਪਤਾ ਜੀ, ਹਰ ਰੋਜ਼ ਜਾਂਦਾ ਜੀ ਉਹ, ਹਰ ਰੋਜ਼ ਦੀ ਡਿਊਟੀ ਉਹਦੀ। ਬੱਸ ਕਿੱਥੋਂ ਦੀ ਕਿੱਥੇ ਜਾ ਰਹੀ ਸੀ? ਉਹ ਵੈਸੇ ਤਾਂ ਸੰਗਰੂਰ ਤੋਂ ਆਉਂਦੀ ਹੈ ਪਿੱਛੋਂ, ਸਮਾਣੇ ਤੋਂ ਕੈਥਲ ਜਾਂਦੀ ਹੈ ਹਰ ਰੋਜ਼, 6:40 ਦਾ ਟਾਈਮ ਹੁੰਦਾ ਜੀ ਉਹਦਾ ਸਮਾਣੇ ਤੋਂ, ਹਰ ਰੋਜ਼ ਬੇਟਾ ਭਤੀਜਾ ਮੇਰਾ ਜਾਂਦਾ ਹੈ। ਹਾਂਜੀ, ਰੋਡ ਡਿਪੂ ਦੇ ਵਿੱਚ ਮੈਂ ਬਤੌਰ ਡਰਾਈਵਰ ਨੌਕਰੀ ਕਰਦਾ ਜੀ। ਹਾਦਸਾ ਹੋਇਆ, ਕਾਰਨ ਕੀ ਮੰਨਦੇ ਹੋ? ਇਹਦਾ ਕਾਰਨ ਹੈ ਜਨਾਬ, ਜੋ ਆਪਣੇ ਰੇਤਾ ਲੈ ਕੇ ਆਉਂਦੇ ਨੇ ਟਰਾਲੇ ਡਿੱਪਰ ਜੀ, ਉਹ ਤਕਰੀਬਨ ਉਹਨਾਂ ਨੇ ਚੋਰ ਰਸਤਾ ਬਣਾ ਰੱਖਿਆ ਕਰਨਾਲ ਤੋਂ ਸਿੱਧਾ ਹੀ, ਉਹ ਕਿ ਉਹਨਾਂ ਨੂੰ ਉੱਧਰ ਦੀ ਆਉਣਗੇ ਵਾਇਆ ਵੱਡਾ ਰੋਡ ਜੀ, ਟੋਲ ਦੇ ਟੈਕਸ ਵੀ ਪੈਣਗੇ ਅਤੇ ਪੁਲਿਸ ਪਰਚੀਆਂ ਵੀ ਪੈਣਗੀਆਂ ਅਤੇ ਚਲਾਨ ਦਾ ਵੀ ਡਰ ਹੈ। ਉਹਨਾਂ ਨੇ ਤਕਰੀਬਨ ਇਹ ਆਪਣਾ ਚੋਰ ਰਸਤਾ ਬਣਾ ਰੱਖਿਆ ਜੀ, ਵਾਇਆ ਚੀਕਾ ਆਪੇ ਵਾ ਹੋ ਕੇ ਆਉਂਦੇ ਆ ਜੀ, ਇੱਧਰ ਉਹਨੂੰ ਕੋਈ ਪੁੱਛ ਗਿੱਛ ਨਹੀਂ, ਉਸ ਕਰਕੇ ਇਸਦੇ ਹਾਦਸੇ ਜ਼ਿਆਦਾ ਉਹ ਇਹਨਾਂ ਨਾਲ ਹੀ ਹੋ ਰਹੇ ਨੇ। ਜਿਹੜਾ ਪਿਛਲੇ ਦਿਨੀ ਤੁਹਾਨੂੰ ਸੁਣਿਆ ਹੋਊਗਾ, ਸਾਡਾ ਕਨੈਕਟਰ ਦੀਆਂ ਲੱਤਾਂ ਵੱਢੀਆਂ ਗਈਆਂ ਨੇ, ਉਹ ਵੀ ਤਕਰੀਬਨ ਜਦੋਂ ਵੀ ਤੁਸੀਂ ਨੋਟ ਕਰੋਗੇ PRTC ਦੇ ਨਾਲ ਜਾਂ ਕਿਸੇ ਵੀ ਚੀਜ਼ ਨਾਲ, ਟਿੱਪਰ ਦੀ ਟੱਕਰ ਦੇ ਨਾਲ ਹੀ ਹਾਦਸੇ ਜ਼ਿਆਦਾ ਹੋ ਰਹੇ ਨੇ। ਇਸ 'ਤੇ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ, ਅਸੀਂ ਪ੍ਰਸ਼ਾਸਨ ਨੂੰ ਬਹੁਤ ਵਾਰੀ ਕਹਿ ਚੁੱਕੇ ਹਾਂ ਜੀ ਵੀ ਇਸ 'ਤੇ ਧਿਆਨ ਦਿੱਤਾ ਜਾਵੇ। ਉਹ ਰੇਤਾ ਭਰ ਕੇ ਲੈਂਦੇ ਆ ਜੀ, ਟਿੱਪਰ ਹੋਵੇ ਚਾਹੇ ਟਰਾਲਾ ਹੋਵੇ ਜੀ, ਕੁਛ ਵੀ ਹੋਵੇ, ਜ਼ਿਆਦਾਤਰ ਰੇਤਾ ਭਰ ਕੇ ਲੈ ਕੇ ਆਉਂਦਾ ਚੋਰ ਰਸਤਾ ਜੀ। ਮਾਈਨਿੰਗ ਹੋ ਰਹੀ ਹੈ, ਮਾਈਨਿੰਗ ਹੋ ਰਹੀ ਹੈ ਜੀ। ਹੁਣ ਆਪਾਂ ਨੂੰ ਪਤਾ ਉਹ ਜਾਇਜ਼ ਮਾਈਨਿੰਗ ਆ ਜਾਂ ਨਜਾਇਜ਼ ਆ ਜੀ, ਪਰ ਉਹਨਾਂ ਦਾ ਜਿਹੜਾ ਚੋਰ ਰਸਤਾ ਬਣਾਇਆ ਹੋਇਆ ਜੀ, ਵਾਇਆ ਚੀਕਾ ਭੇਵਾ ਹੋ ਕੇ ਜੀ, ਉਹਦੇ ਨਾਲ ਹੀ ਜ਼ਿਆਦਾ ਹਾਦਸੇ ਹੋਣ ਦੇ ਕਾਰਨ ਇਹ ਹੋ ਰਿਹਾ ਜੀ।